ਤੇਰੇ ਪਿਆਰ ਤੋਂ ਸਦੀਕੇ ਜਾਵਾਂ ਅੱਜ ਤੈਨੂੰ ਮੁਲਕ ਦੀਆਂ ਸੈਰਾਂ ਕਰਾਵਾਂ ਪੈਟਰੋਲ ਮੇਰਾ ਮੁੱਕ ਗਿਆ ਏ ਪੈਟਰੋਲ ਮੇਰਾ ਮੁੱਕ ਗਿਆ ਏ ਟੈਨਸ਼ਨ ਨਾ ਲੈ ਮਰੀਓ ਮਹੀਨਾ ਕੋਲੋ ਮੰਗ ਲੈਨਾ ਮੈਂ ਤੇਲ ਪੁਲਸੀਆਂ ਕੋਲੋ ਵਾਹ ਬਈ ਵਾਹ ਇਮਰਾਨ ਕਾ ਸੁਣਾ ਕੀ ਹਾਲ ਨੇ ਤੇਰੇ ਬੜਿਆ ਆਇਸ਼ਾ ਬੜੀਆਂ ਲੱਤਾਂ ਖਿਲਾਰ ਕੇ ਬੈਠਾ ਹੈ ਗੱਡੀ ਚ ਤੇਲ ਤਾਂ ਥੋੜਾ ਜਿਹਾ ਦਿਓ ਆ ਤੇਲ ਮੈਂ ਤੇਲ ਸਰੋਂ ਦਾ ਦੇਨਾ ਵਾ ਤੇਲ ਦਿਓ ਠਪੁਆ ਲੈਣਾ ਜਾਂ ਸੁੱਤਾ ਪਿਆ ਹੈ ਜਿਨ ਬੋਲਣ ਦਾ ਕੋ ਨਹੀਂ ਪਤਾ ਅਫਸਰਾਂ ਨੇ ਨਹੀਂ ਬੋਲੀ ਦਾ ਅੱਗੋ ਇਹ ਕੀ ਢੋਲੇ ਮਾ ਇਹ ਪੜਦਾ ਪਿਆ ਜਾ ਮਗਰ ਕੌਣੀ ਕਿਹਦੇ ਲੱਗੇ ਵੱਜੇ ਦੋਵੇਂ ਹੈ ਇਮਰਾਨ ਖਾਨ ਬਲ ਜੰਗਲਾਂ ਨਾ ਖਾਰੋ ਸਿਆਣਾ ਬਾਣਿਓ ਇੱਥੇ ਮੈਂ ਜਾਣਾ ਆ ਅਗਲੇ ਪਿੰਡ ਮੇਰੇ ਕੰਮ ਆਇਆ ਨਿਕਲਾ ਜਾ ਤਾਂ ਇਹਦੇ ਨਾਲ ਲੱਗੀ ਜਾਂਦੀ ਹਾਂ ਤੇਲ ਦੇ ਲਗੇ ਜਾਂਦੇ ਹੋ ਚਲੋ ਠੀਕ ਹੈ ਕੋਈ ਨੀ ਮਸਲਾ ਤੇਲ ਦੇਨੇ ਆ ਜਾਨ ਥੋੜਾ ਜਾ ਸ਼ੇਖ ਜੀ ਦੋ ਉਹ ਫੈਲ ਚਾ ਲਿਆ ਮੈਂ ਨਾ ਜਿਹੜੇ ਦੋ ਬੰਦੇ ਗੁੰਮ ਸ਼ੁਦਾ ਨੇ ਨਾਲੇ ਉਹ ਫੋਟੋਆਂ ਵੇਖ ਇਹਨਾਂ ਦੀਆਂ ਤਾਂ ਨਹੀਂ ਤੇ ਨਾਲੇ ਅਗਾਂ ਉਹ ਤੇਲ ਗੱਡੀ 'ਚ ਥੋੜਾ ਜਿਹਾ ਲਿਆ ਕੇ ਦੇਨੇ ਮਰਦੇ ਹੀ ਵੱਜੇ ਨੀ 24 ਘੰਟੇ ਚੱਲ ਸਰ ਮੈਂ ਹੁਣ ਹੀ ਲੈ ਕੇ ਆਇਆ ਸਰ ਜੀ ਆ ਵੇਖੋ ਮੈਂ ਇਹ ਜਿਹੜਾ ਅੱਗੇ ਛੋਰ ਨਹੀਂ ਜੀ ਇਹਦੀ ਫੋਟੋ ਵਿੱਚ ਆਈ ਹੈ ਜੀ ਬਿਲਕੁਲ ਇਹ ਹੋਈ ਹੈ ਤੇ ਕੁੜੀ ਨਹੀਂ ਸਕੂਟਰ ਵੀ ਵਿੱਚ ਮਾਰੋ ਤੇਲ ਦੀ ਕੋਈ ਲੋੜ ਜਾਪ ਮੈਂ ਕੀਤਾ ਕੀ ਹੈ ਕੀਤਾ ਕੀ ਐਵੇਂ ਜਿਹਨੇ ਜਪ ਲਵੋ ਕਮਾਲ ਵਾਲੀ ਗੱਲ ਹੋ ਗਈ ਹੈ ਜਿਹਨੇ ਜਪ ਲਵੋ ਕੀਤਾ ਜੁਰਮ ਮੈਂ ਕੀ ਕੀਤਾ ਸ਼ੇਖ ਜੀ ਦੋ ਸਿਆਣਾ ਬਾਣ ਮਰੀਅਮ ਤੇਰਾ ਚਾਚੂ ਵੀ ਨਾਲੇ ਨਨਾਕ ਮੈਨ ਛੱਡ ਦੇਣ ਗਲਤੀ ਹੋ ਗਈ ਹੈ ਜਿਹੜਾ ਕੀਤਾ ਨਾ ਕਾਰਨਾਮਾ ਉਹ ਤੈਨੂੰ ਜੇਲ ਜੁਲੇ ਪਾਂਜਾ ਫੇਟ ਕੀਤਾ ਨਾ ਤੈਨ ਸਾਰੀ ਸਮਝ ਲੱਗ ਜਾਏ ਤੂੰ ਕੀ ਕੀਤਾ ਹੈ ਤੂੰ ਹੁਣ ਇੱਥੇ ਬੜਾ ਖਿਲਰ ਦਾ ਪਿਆ ਹੈ ਆਪ ਫਸ ਜਾਣਾ ਨਾਲੇ ਮੇਰੇ ਅੱਬੂ ਨੂੰ ਪਤਾ ਲੱਗ ਗਿਆ ਬੜੀ ਉਸ ਮੇਰੀ ਬਿਸਤੀ ਕਰਨੀ ਹੈ ਅੱਗੇ ਉਹ ਮੈਂ ਨਾਂਦਾ ਤੇਰੇ ਨਾਲ ਨਾ ਜਾਵਾਂ ਕਰਾਂ ਆਪ ਹੀ ਮੁਕਾ ਲਓ ਆਪਣੀ ਜਗੀ ਹੁਣ ਖੁਸ਼ਰ ਪੁਸ਼ਰ ਹੁੰਦੀ ਪਈ ਸ਼ੇਖ ਰਿਸ਼ੀ ਦੇ ਲੈ ਤੂੰ ਖਲੋਤਿਆ ਆ ਗਾਂ ਅੰਦਰ ਹੱਥ ਕੜੀ ਚਾਹ ਕੇ ਲਿਆ ਮਿੰਟ ਮਾਰ ਗੱਡੀ ਚ ਫਾੜ ਕੇ ਲਿਆ ਹੈ ਜਾਪ ਨਸ ਨਾ ਜਾਈ ਪਰ ਫਾਟੇ ਸ਼ਬਾਜ ਸ਼ਰੀਫ ਹੈ ਨਾ ਉੱਚੇ ਦਰਦਾਰੀ ਦਾ ਹੋਵੇ ਜੋ ਮੋਲ ਹੱਥ ਕੜੀ ਲੱਗੇ ਕਿਹੜੀ ਕਿਤਾਬ ਚ ਲਿਖਿਆ ਹੈ ਮੈਂ ਉਹਦੀ ਗੱਡੀ ਚ ਆਰਾਮ ਨਾਲ ਜਾ ਕੇ ਬਹਿ ਜਾਂਦਾ ਹੱਥ ਕੜੀ ਨਹੀਂ ਮੈਂ ਲਾਣੀ ਸਮਝ ਆ ਗਈ।